ਸਾਡੇ ਨਾਲ ਇਸ ਵੇਲੇ ਉਹ ਆਮ ਆਦਮੀ ਜਿਹੜੇ ਕਿ ਅੱਜ ਖਾਸ ਬਣ ਚੁੱਕੇ ਨੇ ਜਿਹੜੇ ਕਿ ਇੱਕ ਬਹੁਤ ਵੱਡੇ ਨੇਤਾ ਨੂੰ ਮਾਤ ਦਿੱਤੀ ਹੈ। ਸਾਡੇ ਨਾਲ ਇਸ ਵੇਲੇ ਗੋਲਡੀ ਕੰਬੋਜ ਜੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਜੀ ਗੋਲਡੀ ਜੀ, ਕੀ ਕਹੋਗੇ, ਕਿੰਨਾ ਵੱਡਾ ਚੈਲੰਜ ਸੀਗਾ? ਕੋਈ ਚੈਲੰਜ ਨਹੀਂ ਸੀ ਵੀ ਜੀ, ਜੇ ਚੈਲੰਜ ਹੁੰਦਾ ਤਾਂ ਫਿਰ ਸੁਖਬੀਰ ਬਾਦਲ ਜਿੱਦੇ, ਫਿਰ ਆਮ ਆਦਮੀ ਪਾਰਟੀ ਕਿਉਂ ਜਿੱਦੀ ਉੱਥੇ? ਕੀ ਲੱਗਦਾ ਵਾ ਯਾਰ, ਕੀ ਸੀ ਲੋਕਾਂ ਦੇ ਮਨ ਵਿੱਚ, ਕਿਉਂ ਲੋਕਾਂ ਨੇ ਬਦਲਾਅ ਲਿਆਂਦਾ? ਲੋਕਾਂ ਨੇ ਬਹੁਤ ਵਾਰੀ ਪਰਖ ਲਿਆ, ਪਰ ਜਦੋਂ ਸਾਡੀ ਨੌਜਵਾਨ ਪੀੜ੍ਹੀ ਖਤਮ ਕਰਤੀ, ਹੈਲਥ ਸਿਸਟਮ ਡੈੱਡ ਹੋ ਗਿਆ, ਐਜੂਕੇਸ਼ਨ ਡੈੱਡ ਹੋ ਗਈ, ਫਿਰ ਲੋਕਾਂ ਨੇ ਬਦਲਾਅ ਤਾਂ ਲਿਆਉਣਾ ਹੀ ਸੀ। ਇਹ ਕੇਜਰੀਵਾਲ ਸਾਹਿਬ ਦੀ ਕਿਰਪਾ ਸੀ ਜਾਂ ਮਾਨ ਸਾਹਿਬ ਦੀ? ਪਰ ਹੁਣ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਇਸ ਵੇਲੇ ਪੰਜਾਬ ਵਿੱਚ ਆਈ ਹੈ, ਅਤੇ ਪਹਿਲ ਕੀ ਹੋਏਗੀ ਆਮ ਆਦਮੀ ਪਾਰਟੀ ਦੀ? ਪਹਿਲ ਤਾਂ ਹੋ ਗਈ ਹੈ ਕੱਲ੍ਹ ਪਰਸੋਂ, ਜਿਹੜੇ ਵੱਡੇ ਧਨਾਟ ਲੀਡਰ ਨੇ ਕਬਜ਼ੇ ਕਰ ਰੱਖੇ ਸੀ, ਗਨਮੈਨ ਵਾਪਸ ਹੋ ਗਏ, ਸਭ ਤੋਂ ਵੱਡੀ ਪਹਿਲ ਤਾਂ ਆਹੀ ਹੋਈ ਹੈ। ਨਹੀਂ ਤਾਂ ਉਹ ਦੱਸਣਗੇ ਵੀ ਕੀ ਹੋਇਆ ਕੀ ਨਹੀਂ ਹੋਇਆ। ਪਰ ਤੁਸੀਂ ਆਮ ਆਦਮੀ ਪਾਰਟੀ ਤੋਂ ਸੁਖਬੀਰ ਬਾਦਲ ਹੋਣਾ ਦੇ ਅੰਗੇਸ ਲੜੇ, ਕੀ ਸੋਚ ਕੇ ਲੜੇ ਸੀਗੇ? ਕੋਈ ਕਹਿੰਦਾ ਸੀ ਬਲੀ ਲੈ ਲਈ ਤੇਰੀ, ਕੋਈ ਕਹਿੰਦੇ ਸੀ ਕੀ ਹੋ ਗਿਆ, ਪਰ ਕੇਜਰੀਵਾਲ ਸਾਹਿਬ ਦੀ ਇੰਨੀ ਕਿਰਪਾ ਸੀ, ਕਮਾਲ ਹੋ ਗਈ ਆਮ ਆਦਮੀ ਪਾਰਟੀ 'ਤੇ, ਇੰਨੀ ਹਵਾ ਸੀ, ਲੋਕਾਂ ਨੇ ਤਲੀਆਂ 'ਤੇ ਚੱਕਿਆ, ਪੰਜ ਪੰਜ ਵਾਰੀ ਪਿੰਡਾਂ 'ਚ ਤੋਲਿਆ, ਕਦੇ ਸੋਚਣ ਨਹੀਂ ਦਿੱਤਾ ਵੀ ਤੂੰ ਪਰਵਾਹ ਨਾ ਕਰੀ। ਦਿਨ ਦੁੱਗਣੀ ਰਾਤ ਚੁਗਣੀ ਵਾਲਾ ਹਿਸਾਬ ਸੀ, ਰਾਤ ਨੂੰ 2-2 ਵਜੇ ਤੱਕ ਵੀ ਪਿੰਡਾਂ 'ਚ ਪ੍ਰੋਗਰਾਮ ਹੁੰਦੇ ਸੀ। ਥੈਂਕ ਯੂ ਜੀ। ਕਿਵੇਂ ਲੱਗਦਾ ਅੱਜ, ਕੱਲ੍ਹ ਤੱਕ ਆਮ ਸੀ, ਅੱਜ ਖਾਸ ਹੋ ਗਏ? ਨਹੀਂ, ਆਮ ਹੀ ਰਹਿਣਾ, ਖਾਸ ਨਹੀਂ ਗਿਆ ਆਪਾਂ, ਇਹਨਾਂ ਦੇ ਸਿਰ ਤੇ ਉਹਨਾਂ ਦੀ ਵੀ ਕਰ ਲਓ ਗੱਲ। ਪਰ ਅੱਜ ਜਿਸ ਤਰ੍ਹਾਂ ਆਮ ਤੌਰ 'ਤੇ ਦੇਖਿਆ ਜਾਂਦਾ, ਜਿਹੜੀ ਕਾਫੀ ਜਿਹੜੀ ਰਾਜਨੀਤੀ ਹੋਈ ਹੈ ਇਸ ਵੇਲੇ ਪੰਜਾਬ ਦੇ ਵਿੱਚ, ਨਸ਼ਾਖੋਰੀ ਲੈ ਲਓ ਜਾਂ ਪਰਚਿਆਂ ਦੀ ਰਾਜਨੀਤੀ ਕਹਿ ਲਓ ਜਾਂ ਹੋਰ ਕਾਫੀ ਨੌਜਵਾਨੀ ਨੂੰ ਖਤਮ ਕਰਨ ਦਾ ਰਾਜਨੀਤੀ, ਕੀ ਕਹੋਗੇ? ਦੇਖੋ, ਸਭ ਤੋਂ ਮਾੜਾ ਕੰਮ ਨਸ਼ੇ ਦਾ ਅਕਾਲੀ ਦਲ ਸਰਗਰਾਂ ਸੀ, ਅਤੇ ਕਾਂਗਰਸ ਨੇ ਵੀ ਸੇਮ ਉਹੀ ਕਰਿਆ, ਪਰ ਆਮ ਆਦਮੀ ਪਾਰਟੀ ਉਹਨੂੰ ਖਤਮ ਕਰੇ। ਆਮ ਆਦਮੀ ਪਾਰਟੀ ਹੁਣ ਮਾਫੀਆ ਖਤਮ ਕਰੇਗੀ ਜੀ? ਸਾਰੇ ਮਾਫੀਆ ਖਤਮ ਹੋਣਗੇ, ਚਿੰਤਾ ਨਾ ਕਰੋ, ਤੁਹਾਨੂੰ ਵੀ ਮਹਿਸੂਸ ਹੋਊਗਾ। ਬਾਈ ਜੀ, ਇੱਕ ਮਿੰਟ ਬੇਨਤੀ। ਸੋ ਇਹ ਸਨ ਸਾਡਾ ਗੋਲਡੀ ਕੰਬੋਜ, ਜਿਨ੍ਹਾਂ ਨੇ ਆਪਣੇ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਨੂੰ ਮਾਤ ਦਿੱਤੀ ਹੈ, ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵਾਸਤੇ ਕੋਈ ਵੀ ਇਹ ਚੁਣਾਵ ਜਿਹੜੇ ਸੀਗੇ ਔਖੇ ਨਹੀਂ ਸੀਗੇ, ਜਦਕਿ ਇਹ ਜਨਤਾ ਨੇ ਫਤਵਾ ਦਿੱਤਾ ਹੈ। ਵੀਡੀਓ ਜਰਨਲਿਸਟ ਪਰਤ ਦੇ ਨਾਲ ਧਿਆਨ ਚੰਦ, MH1 ਪ੍ਰਾਈਮ, ਅੰਮ੍ਰਿਤਸਰ।